ਸਤਿ ਸ਼੍ਰੀ ਅਕਾਲ ਦੋਸਤੋ, ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਸਾਡੇ ਯੂਟਿਊਬ ਚੈਨਲ ਡੇਲੀ ਪੰਜਾਬ ਵੈਦਰ 'ਤੇ। ਅਤੇ ਲੈ ਕੇ ਆਪਾਂ ਹਾਜ਼ਰ ਹੋਏ ਹਾਂ ਜੀ ਅਗਲੇ 3 ਦਿਨਾਂ ਦੇ ਪੰਜਾਬ ਦੇ ਮੌਸਮ ਦੀ ਤਾਜ਼ਾ ਜਾਣਕਾਰੀ। ਲਓ ਜੀ, ਹੁਣੇ ਹੁਣੇ ਅਗਲੇ 3 ਦਿਨਾਂ ਦੇ ਪੰਜਾਬ ਦੇ ਮੌਸਮ ਨੂੰ ਲੈ ਕੇ ਸਰੋਤੇ ਵੀਰੋ ਆ ਗਈ ਵੱਡੀ ਖਬਰ ਜੀ। ਇਹਨਾਂ ਇਹਨਾਂ ਇਲਾਕਿਆਂ ਦੇ ਵਿੱਚ ਲੱਗੇਗੀ ਮੀਂਹ ਦੀ ਝੜੀ ਅਤੇ ਲਗਾਤਾਰ ਪਵੇਗਾ ਜੀ 3-4 ਦਿਨ ਭਾਰੀ ਮੀਂਹ। ਹੋ ਜਾਓ ਤਿਆਰ ਪੰਜਾਬ ਵਾਲਿਓ, ਬਹੁਤ ਹੀ ਵੱਡੀ ਖਬਰ ਹੈ ਮੌਸਮ ਨੂੰ ਲੈ ਕੇ ਸਰੋਤੇ ਵੀਰੋ। ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਜ਼ਰੂਰ ਦੇਖਣਾ ਤਾਂ ਜੋ ਤੁਹਾਨੂੰ ਵੀ ਆਪਣੇ ਇਲਾਕਿਆਂ ਦੇ ਮੌਸਮ ਦੀ ਜਾਣਕਾਰੀ ਪਤਾ ਲੱਗ ਸਕੇ। ਅਤੇ ਜਿਨ੍ਹਾਂ ਵੀਰਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ, ਉਹ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਅਤੇ ਖਾਸ ਤੌਰ 'ਤੇ ਨਾਲ ਦਿੱਤੇ ਗਏ ਨੋਟੀਫਿਕੇਸ਼ਨ ਬੈਲ ਨੂੰ ਵੀ ਦਬਾ ਦਿਓ ਤਾਂ ਜੋ ਇਸੇ ਤਰ੍ਹਾਂ ਦੀ ਹਰ ਇੱਕ ਤਾਜ਼ਾ ਵੱਡੀ ਖਬਰ ਤੁਹਾਨੂੰ ਮਿਲ ਸਕੇ। ਸੋ ਦੋਸਤੋ, ਵੱਡੀ ਖਬਰ ਲੈ ਕੇ ਪੇਸ਼ ਹੋਏ ਹਾਂ। ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਕੱਲ੍ਹ ਰਾਤ ਤੋਂ ਮੌਸਮ ਦੇ ਵਿੱਚ ਭਾਰੀ ਤਬਦੀਲੀ ਆਪਾਂ ਨੂੰ ਦੇਖਣ ਨੂੰ ਮਿਲੀ ਹੈ ਅਤੇ ਬਹੁਤ ਸਾਰੇ ਇਲਾਕੇ ਅਜਿਹੇ ਹਨ ਜਿਨ੍ਹਾਂ ਦੇ ਵਿੱਚ ਭਾਰੀ ਮੀਂਹ ਪਿਆ ਹੈ। ਅਤੇ ਗੱਲ ਕਰੀਏ ਆਪਾਂ ਅਗਲੇ 3 ਦਿਨਾਂ ਦੇ ਪੰਜਾਬ ਦੇ ਮੌਸਮ ਦੀ, ਤਾਂ ਅਗਲੇ 3 ਦਿਨ ਵੀ ਆਪਾਂ ਨੂੰ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਮੌਸਮ ਦੇਖਣ ਨੂੰ ਮਿਲਣ ਵਾਲਾ ਹੈ ਸਰੋਤੇ ਵੀਰੋ। ਜੀ ਹਾਂ ਦੋਸਤੋ, ਅਗਲੇ 3 ਦਿਨ ਵੀ ਭਾਰੀ ਮੀਂਹ ਦੇ ਅਸਾਰ ਮੌਸਮ ਵਿਭਾਗ ਵੱਲੋਂ ਜਿਤਾਏ ਗਏ ਨੇ। ਅਤੇ ਲਗਾਤਾਰ 3 ਦਿਨ ਪੰਜਾਬ ਦੇ ਬਹੁਤ ਸਾਰੇ ਹਿੱਸੇ ਹੋਣਗੇ ਜਿਨ੍ਹਾਂ ਦੇ ਵਿੱਚ ਲਗਾਤਾਰ ਭਾਰੀ ਮੀਂਹ ਵੀ ਪਵੇਗਾ ਅਤੇ ਨਾਲ ਹੀ ਬੱਦਲਵਾਈ ਵੀ ਲਗਾਤਾਰ ਬਣੀ ਰਹੇਗੀ। ਅਤੇ ਨਾਲ ਹੀ ਦੋਸਤੋ ਦੱਸ ਦਈ ਕਿ ਗੱਲ ਕਰੀਏ ਵੀ ਬੱਦਲਵਾਈ ਵੀ ਲਗਾਤਾਰ ਬਣੀ ਰਹੇਗੀ ਅਤੇ ਨਾਲ ਤੇਜ਼ ਝੱਖੜ ਵੀ ਆਪਾਂ ਨੂੰ ਥੋੜ੍ਹੇ ਬਹੁਤ ਹਿੱਸਿਆਂ ਦੇ ਵਿੱਚ ਦੇਖਣ ਨੂੰ ਮਿਲ ਸਕਦਾ ਹੈ। ਜੀ ਹਾਂ ਦੋਸਤੋ, ਝੱਖੜ ਦੀ ਵੀ ਚੇਤਾਵਨੀ ਮੌਸਮ ਵਿਭਾਗ ਵੱਲੋਂ ਦਿੱਤੀ ਗਈ ਹੈ। ਸੋ ਇਹੀ ਸੀ ਹੁਣ ਦੀ ਜਾਣਕਾਰੀ। ਜੋ ਕੋਈ ਹੋਰ ਜਾਣਕਾਰੀ ਆਉਂਦੀ ਹੈ ਜੀ, ਉਹ ਵੀ ਆਪਾਂ ਇਸੇ ਚੈਨਲ 'ਤੇ ਨਾਲ ਦੀ ਨਾਲ ਤੁਹਾਡੇ ਨਾਲ ਸਾਂਝੀ ਕਰ ਦੇਵਾਂਗੇ, ਸ਼ੇਅਰ ਕਰ ਦੇਵਾਂਗੇ। ਫਿਲਹਾਲ ਤੁਸੀਂ ਇਸ ਵੀਡੀਓ ਨੂੰ ਜ਼ਰੂਰ ਸ਼ੇਅਰ ਕਰ ਦਿਓ ਆਪਣੇ ਦੋਸਤਾਂ ਮਿੱਤਰਾਂ ਦੇ ਨਾਲ, ਖਾਸ ਤੌਰ 'ਤੇ ਰਿਸ਼ਤੇਦਾਰਾਂ ਦੇ ਨਾਲ, ਦੋਸਤਾਂ ਮਿੱਤਰਾਂ ਜਿੰਨਾ ਹੋ ਸਕੇ ਜੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਹਰੇਕ ਵਿਅਕਤੀ ਨੂੰ ਇਸ ਵੱਡੀ ਖਬਰ ਦੀ ਜਾਣਕਾਰੀ ਪਤਾ ਲੱਗ ਸਕੇ। ਧੰਨਵਾਦ ਜੀ, ਮਿਹਰਬਾਨੀ।